ਕੀ ਨਾਮ ਹੈ, ਕੀ ਕਹਿਣਾ ਚਾਹੁੰਦੇ ਹੋ ਜੋ ਅੱਜ ਇਕੱਠ ਕੀਤਾ ਗਿਆ? ਮੇਰਾ ਨਾਮ ਜੀ ਧਰਮਪਾਲ ਚਬੇਲ ਵਾਲੀ। ਅਸੀਂ ਅੱਜ ਜਿਹੜਾ 16 ਤਰੀਕ ਦਾ ਭਾਰਤ ਬੰਦ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਤੇ ਟਰੇਡ ਯੂਨੀਅਨਾਂ ਵੱਲੋਂ 20 ਕਿਸਾਨ ਜਥੇਬੰਦੀਆਂ 32 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਅਤੇ ਹਿੰਦੁਸਤਾਨ ਦੀਆਂ 500 ਤੋਂ ਉੱਪਰ ਜਥੇਬੰਦੀਆਂ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਅਸੀਂ ਹਿੰਦੁਸਤਾਨ ਬੰਦ ਕਰਨਾ। ਪਹਿਲਾਂ ਸਾਡਾ ਇਹ ਫੈਸਲਾ ਸੀ ਵੀ ਅਸੀਂ ਪੇਂਡੂ ਭਾਰਤ ਬੰਦ ਕਰਨ ਦਾ ਸੱਦਾ ਸੀ, ਜਦਕਿ ਉਸ ਦੇ ਵਿੱਚ ਸਾਡੇ 'ਚ ਟਰੇਡ ਯੂਨੀਅਨ ਆ ਅਤੇ ਜਿਹੜਾ ਪ੍ਰਚੂਨ ਵਪਾਰੀ ਹੈ ਜਾਂ ਕੱਪੜੇ ਵਾਲਾ ਵਪਾਰੀ ਆ ਉਹ ਵੀ ਅੰਤ ਤੋਂ ਜ਼ਿਆਦਾ ਇਸ ਮੋਦੀ ਸਰਕਾਰ ਤੋਂ ਦੁਖੀ ਹੈ। ਇਸ ਲਈ ਉਹਨਾਂ ਨੇ ਵੀ ਸਾਡਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਲਈ ਅੱਜ ਜਿਹੜਾ ਸਾਡਾ ਫੈਸਲਾ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਤੇ ਸਮੁੱਚੀਆਂ ਟਰੇਡ ਯੂਨੀਅਨਾਂ ਵੱਲੋਂ ਵੀ ਅਸੀਂ ਇੱਕ ਸ਼ਾਂਤੀਪੂਰਨ ਲੋਕਾਂ ਤਾਈਂ ਇਹ ਸੁਨੇਹਾ ਲੈ ਕੇ ਜਾਈਏ ਤਾਂ ਜੋ ਕਿ ਇਹ ਲੋਕ ਮਾਰੂ ਨੀਤੀਆਂ ਮੋਦੀ ਸਰਕਾਰ ਦੀਆਂ ਉਸ ਦੇ ਖਿਲਾਫ ਅਸੀਂ ਉਹਨਾਂ ਨੂੰ ਮੂੰਹ ਤੋੜ ਜਵਾਬ ਦੇ ਸਕੀਏ। ਕਿੱਥੋਂ ਸ਼ੁਰੂ ਹੋਣਾ ਅਤੇ ਕਿੱਥੇ ਸਮਾਪਤੀ ਹੋਈ? ਅਸੀਂ ਇੱਥੋਂ ਗਾਂਧੀ ਚੌਂਕ 'ਚ ਜਾ ਕੇ ਸਮਾਪਤ ਕਰਾਂਗੇ, ਬਾਜ਼ਾਰ ਬੀਦੀ ਜਾ ਕੇ ਪੰਜਵਾਂ ਸਿੰਘ ਹਾਲ ਤੋਂ ਸ਼ੁਰੂ ਹੋ ਕੇ। ਮੈਂ ਕੀ ਕਹਿਣਾ ਚਾਹੁੰਦੀ? ਮੇਰਾ ਨਾਮ ਡਾਕਟਰ ਦਿਦਾਰ ਸਿੰਘ, ਜ਼ਿਲ੍ਹਾ ਪ੍ਰਧਾਨ ਮੈਡੀਕਲ ਪ੍ਰੋਫੈਸ਼ਨਲ ਐਸੋਸੀਏਸ਼ਨ ਪੰਜਾਬ। ਅੱਜ ਅਸੀਂ ਜਿਹੜਾ ਕਿਸਾਨ ਮੋਰਚੇ ਦੇ ਸੱਦੇ 'ਤੇ ਸਾਰੀ ਜਥੇਬੰਦੀਆਂ ਇਕੱਠੀਆਂ ਹੋ ਕੇ ਜਿਹੜਾ 16 ਬੰਦ ਦਾ ਸੱਦਾ ਦਿੱਤਾ ਹੋਇਆ ਉਹਨੂੰ ਲਾਗੂ ਕਰਨ ਲਈ ਸਾਰੀਆਂ ਦੁਕਾਨਦਾਰਾਂ ਨੂੰ ਸਾਰੇ ਲੋਕਾਂ ਨੂੰ ਸੁਚੇਤ ਕਰਨ ਲਈ ਇੱਕ ਮਾਰਚ ਰੱਖਿਆ ਹੋਇਆ। ਉਹ ਮਾਰਚ ਅਸੀਂ ਹੁਣ ਸਾਰੇ ਬਾਜ਼ਾਰ ਦੇ ਵਿੱਚ ਕਰਾਂਗੇ ਤਾਂ ਕਿ ਅਸੀਂ ਜਿਹੜਾ 16 ਨੂੰ ਪੂਰਨ ਬੰਦ ਦਾ ਜਿਹੜਾ ਉਹ ਆਸਰਾ ਸਾਰੇ ਭਾਰਤ 'ਤੇ ਪਵੇ। ਅਤੇ ਇੰਨਾ ਹੀ ਸਾਡਾ ਕੀ ਕੀ ਮੰਗਾਂ ਜਿਹੜੀਆਂ ਤੁਹਾਡੀਆਂ? ਮੰਗਾਂ ਸਾਡੀਆਂ ਸਾਰੀਆਂ ਕਿਸਾਨਾਂ ਦੀਆਂ ਨੇ, ਹੋਰ ਬਹੁਤ ਸਾਰੀਆਂ ਮੰਗਾਂ ਜਿਵੇਂ ਸਰਕਾਰ ਲੈ ਕੇ ਆਈ ਹੈ ਹਿੱਟ ਐਂਡ ਰਨ ਡਰਾਈਵਰਾਂ ਦੇ ਉੱਤੇ, ਹਰ ਇੱਕ ਵਰਗ ਦੇ ਉੱਤੇ ਜਿਹੜੇ ਕੇਂਦਰ ਸਰਕਾਰ ਆ ਉਹ ਆਪਦੇ ਕਾਨੂੰਨ ਜਿਹੜੇ ਲੈ ਕੇ ਆ ਰਹੀ ਆ ਉਹਨਾਂ ਨੂੰ ਰੱਦ ਕਰਾਉਣ ਲਈ ਇਹ ਭਾਰਤ ਬੰਦ ਦਾ ਜਿਹੜਾ ਸੱਦਾ ਉਹ ਕਿਰਤੀ ਕਿਸਾਨ ਜਿਹੜਾ ਮੋਰਚਾ ਆਪਣਾ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚੇ ਨੂੰ ਦਿੱਤਾ ਉਹਦਾ ਅਸੀਂ ਸਾਥ ਦੇਣ ਲਈ ਆਏ ਹਾਂ ਅਤੇ ਉਹਨੂੰ ਲਾਗੂ ਕਰਾ ਕੇ ਰਹਾਂ। ਮੈਂ ਕੀ ਕਹਿਣਾ ਚਾਹੁੰਦੀ ਹਾਂ ਜੋ ਅੱਜ ਇਕੱਠ ਕੀਤਾ ਗਿਆ? ਮੈਂ ਨਿਰਮਲ ਸਿੰਘ ਗੋਨਿਆਣਾ, ਸੀਨੀਅਰ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ। ਅੱਜ ਅਸੀਂ ਇੱਥੇ ਸੰਯੁਕਤ ਕਿਸਾਨ ਮੋਰਚੇ ਦੀ ਕਾਲ 'ਤੇ ਜਿਹੜਾ 9 ਤਰੀਕ ਨੂੰ ਸਾਰੇ ਪੰਜਾਬ ਵਿੱਚ ਸੁਚੇਤ ਕਰਨ ਲਈ ਸਾਰੇ ਬਾਜ਼ਾਰਾਂ ਵਿੱਚ ਅੱਜ ਮਾਰਚ ਕਰਨਾ ਹੈ, ਉਹਦੇ ਸੰਬੰਧ ਵਿੱਚ ਅੱਜ ਅਸੀਂ ਇੱਥੇ ਸਾਰੀਆਂ ਟਰੇਡ ਯੂਨੀਅਨਾਂ
ਤੇ ਕਿਰਤੀ ਅੰਜ ਦੇ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਜਿਹੜੇ ਲੀਡਰ ਇੱਥੇ ਪਹੁੰਚੇ ਆ। ਅਸੀਂ ਅੱਜ ਮੁਕਤਸਰ ਦੇ ਵਿੱਚ ਇੱਕ ਜਾਗਰੂਕ ਜੀ ਨੂੰ ਕਹਿ ਲਈਏ ਆਪਾਂ ਵੀ 16 ਤਰੀਕ ਨੂੰ ਜਿਹੜਾ ਭਾਰਤ ਬੰਦ ਆ ਉਹਦੇ ਸੰਬੰਧ ਵਿੱਚ ਇੱਕ ਮਾਰਚ ਕਰਨਾ ਹੈ। ਉਹਦਾ ਰੂਟ ਜਿਹੜਾ ਹੋਊਗਾ ਸਾਡਾ, ਇੱਥੋਂ ਅਸੀਂ ਬਾਹਰ ਨਿਕਲ ਕੇ ਸਿਟੀ ਵਾਲੇ ਪਾਸੋਂ ਜਾ ਕੇ ਬੈਂਕ ਰੋਡ ਤੇ ਹੁੰਦੇ ਹੋਏ ਮੇਨ ਬਾਜ਼ਾਰ ਤੋਂ ਹੁੰਦੇ ਹੋਏ ਵਾਪਸ ਇੱਥੇ ਪਹੁੰਚਾਂਗੇ। ਮੈਂ ਕੀ ਕਹਿਣਾ ਚਾਹੁੰਦੇ ਹੋ, ਕੀ ਕਾਰਨ ਹੈ ਜਿਹੜਾ ਅੱਜ ਕੱਲ੍ਹ? ਮੇਰਾ ਨਾਮ ਗੋਬਿੰਦ ਸਿੰਘ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦਾ ਮੈਂ ਜ਼ਿਲ੍ਹਾ ਪ੍ਰਧਾਨ ਹਾਂ, ਮੁੱਖ ਸੇਵਾਦਾਰ ਹਾਂ ਮੈਂ ਇਸ ਇਲਾਕੇ ਦਾ। ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ 9 ਤਰੀਕ ਦਾ ਬਾਜ਼ਾਰ ਦੇ ਵਿੱਚ ਜਾ ਕੇ ਬੇਨਤੀ ਕਰਨੀ ਹੈ ਵੀ ਜਿਹੜਾ 16 ਫਰਵਰੀ ਨੂੰ ਪੂਰਾ ਭਾਰਤ ਬੰਦ ਹੋ ਰਿਹਾ ਉਹਦੇ ਸੰਬੰਧ ਵਿੱਚ ਤਕਰੀਬਨ ਸੁੱਚੇ ਜਿੰਨੇ ਵੀ ਦੁਕਾਨਦਾਰ ਹੈ, ਚਾਹੇ ਉਹ ਵੱਡਾ ਹੈ ਚਾਹੇ ਉਹ ਛੋਟਾ ਹੈ, ਸਾਰਿਆਂ ਨੂੰ ਸਾਡਾ ਮਿਲਣ ਦਾ ਪ੍ਰੋਗਰਾਮ ਹੈ। ਪੈਦਲ ਮਾਰਚ ਹੈ, ਸ਼ਾਂਤੀਪੂਰਵਕ ਅਸੀਂ ਜਿਹੜਾ ਇਹ ਮਾਰਚ ਕਰਾਂਗੇ। ਬਹੁਤ ਸਾਰੀ ਸੰਗਤ ਬਾਜ਼ਾਰ ਦੇ ਵਿੱਚ ਤੁਰ ਕੇ ਦੁਕਾਨਦਾਰਾਂ ਨੂੰ ਬੇਨਤੀ ਕਰੂੰਗੀ ਕਿ ਆਪਾਂ ਜਿਹੜਾ 16 ਤਰੀਕ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦੁਕਾਨ ਕੋਈ ਵੀ ਅਦਾਰਾ ਆਪਾਂ ਉਹਦੇ ਖੋਲ੍ਹਣਾ ਨਹੀਂ ਅਤੇ ਆਪਾਂ ਪੂਰਨ ਤੌਰ 'ਤੇ ਬੰਦ ਕਰ। ਕੀ ਕਾਰਨ ਹੈ ਜਿਹੜਾ ਬੰਦ ਕਰਨ? ਕਾਰਨ 3-4 ਆ, ਕੋਈ ਇੱਕੋ ਵਜ੍ਹਾ ਦੱਸੀਏ ਕਿਹਦੇ ਪਾਵਾਂ ਵੈਣ ਮੈਂ ਕਿਹਨੂੰ ਸੁੱਟਾਂ ਪਛਾੜੀ ਵੇ ਮੇਰੇ ਸਹੁਰੇ ਦਾ ਜਾਇਆ। ਇਹਦੇ 'ਚ ਸੁਣਾਉਣ ਵਾਲੀ ਗੱਲ ਹੀ ਕੋਈ ਨਹੀਂ, ਨਾ ਤਾਂ ਸੈਂਟਰ ਦੀ ਹੈ ਨਾ ਸਟੇਟ ਦੀ ਹੈ। ਅਸੀਂ ਤਾਂ ਹੋਏ ਪਏ ਤੰਗ, ਮੰਗਾਂ ਬਹੁਤ ਹੈ ਪਰ ਇਹ ਪਤਾ ਲੱਗ ਜੂ ਵੀ ਇਹਦੇ ਤੋਂ ਧੌ 'ਤੇ ਗੋਡਾ ਰੱਖਿਆ ਕਿਹੜੀਆਂ ਕਿਹੜੀਆਂ ਮੰਨਦਾ, ਅੱਗੇ ਕਿਹੜਾ ਮੰਨ ਗਿਆ, ਇਹ 76 ਸੂਤ ਆਊਗਾ। ਕਿਹੜੀਆਂ ਕਿਹੜੀਆਂ ਮੰਗਾਂ? ਮੰਗਾਂ ਸਭ ਤੋਂ ਵੱਡੀਆਂ, ਜਿਹੜਾ ਬੰਦਾ ਰੋਟੀ ਖਾ ਕੇ ਸੌਂਦਾ ਉਹਦੀਆਂ ਸਾਰੀਆਂ ਸਮੱਸਿਆਵਾਂ ਇਹਦੇ ਨਾਲ ਜੁੜੀਆਂ ਹੋਈਆਂ। ਇਹ ਕਾਰਪੋਰੇਟ ਨੂੰ ਰਾਜ ਕਰਾਉਣਾ ਚਾਹੁੰਦਾ ਉਹ ਸਾਨੂੰ ਮਨਜ਼ੂਰ ਨਹੀਂ। ਜਿਹੜੇ ਸਾਡੇ ਨਿੱਕੇ ਦੁਕਾਨਦਾਰ ਉਹ ਕਿੱਥੇ ਜਾਣਗੇ? ਜਿਹੜਾ ਕੋਈ ਆਪਦਾ ਰਕਸ਼ਾ ਚਲਾ ਕੇ ਬੱਚੇ ਪਾਲਦਾ ਉਹ ਕਿੱਥੇ ਜਾਊਗਾ? ਜਿਹੜਾ ਕੋਈ ਛੋਟਾ ਪਿੰਡਾਂ ਦੇ ਵਿੱਚ ਕਰਿਆਨੇ ਵਾਲਾ ਹੈ ਇਹ ਵੱਡੇ ਮਾਲ ਖੋਲ੍ਹਣਾ ਚਾਹੁੰਦਾ ਉਹ ਕਰਿਆਨੇ ਵਾਲਾ ਕਿੱਥੇ ਜਾਊਗਾ? ਉਹਦੇ ਵਿੱਚ ਸਾਰੀਆਂ ਸਾਡੀਆਂ ਮੰਨਤਾਂ ਜਿਹੜੀਆਂ ਕਿ ਪਬਲਿਕ ਦੇ ਨਾਲ ਰਿਲੇਟਡ ਨੇ।